सत श्रीकाल दर्शको, तुसी देख रहे हो न्यूज़ 12 पंजाब ते जेवीएस टाइम्स ते मैं प्रदीप ढिल्लों। एक बार बहुत वड्डी खबर हलका निहाल सिंह वाला दी जे गल कीती जावे तां पिछले कल तो जिहड़ा दो दिनों तो लैके वड्डी खबर जिहड़ी चर्चा का विशा बनी हुई है इलाके दे विच, जिहड़ा दो पटवारियों के उपर ते एक पंचायत मैंबर के उपर जिहड़ा बलात्कार का परचा दर्ज किया गया, की कहानी है सारी। मेरे नाल इस वक्त इस मामले दे विच जिहड़ी पीड़ित महिला असी जिहड़ा इस महिला का नाम है जिहड़ा असी नशर नहीं करांगे, तो पीड़ित महिला मेरे नाल इस वक्त मौजूद है। आपां उन्हां तों जानना चाहांगे कि कहानी है सारी और कौन ने परचा दर्ज किया गया है। जी मैं चाहूँगा कि तुसी देश विदेश दे विच लोग देख रहे हैं, तुसी जिहड़ा ये इंसाफ लई तुरे हैं, तो की कहानी वापरी है, की होया तुहाडे नाल? हाँ जी, ये साढ़े पिंड का ना पंच सीगा तारा सिंह, पिंड माछी के पिंड मासी कहता। हाँ जी, ये साढ़े घर मोटरसाइकिल लैन आया भी मैं निहाल सिंह वाले जाना गा, तो मैं पत्तो नू जाना सी, मेरा बैंक च कोई काम सीगा। मैं इन्हां नू आख्या, मैं जी तुसी मैनू भी पत्तो नाल लै चलोंगे भी जदों मोटरसाइकिल साडा गा? कहिंदे हाँ जी लै चलांगे। इत्थों असीं तुरे जाने आ सर जी। ये किहड़े दिन दी घटना है जी? ਇਹ 19 ਤਰੀਕ ਦੀ ਘਟਨਾ, ਜਦੋਂ ਘਰੋਂ ਤੁਰਦਿਆਂ 11 ਵਜੇ ਦਾ ਇਹਦਾ ਟਾਈਮ ਆ ਇਹ ਜਾਂਦੀ। ਉਦੋਂ ਬਾਅਦ 'ਚ ਜਦੋਂ ਅਸੀਂ ਗਏ ਹਾਂ ਨਿਹਾਲ ਸਿੰਘ ਵਾਲੇ ਖੇਤਰਪਾਲ ਬਾਬਾ ਜੀ ਦੀ ਜਗ੍ਹਾ ਬਣੀ ਵੀ ਆ, ਉਹਦੇ ਸਾਹਮਣੇ ਕੋਈ ਹਿੰਮਤਪੁਰ ਵਾਲਿਆਂ ਦੀ ਦੁਕਾਨ ਆ, ਸੰਡੀ ਗੇਟ ਲੱਗਿਆ ਵਾ ਉੱਥੇ, ਉੱਥੇ ਜਾਂਦੀ ਮਲਕੀਤ ਸਿੰਘ ਅਤੇ ਪਿੰਡ ਨੰਗਲ ਦਾ ਪਟਵਾਰੀ, ਉਹ ਇਹਨਾਂ ਨੂੰ ਮਿਲਦਾ ਗਾ। ਮੈਂ ਬਾਬਾ ਖੇਤਰਪਾਲ ਜੀ 'ਤੇ ਖੜ੍ਹੀ ਹੈਗੀ, ਇਹਨਾਂ ਨੇ ਦੋਨਾਂ ਨੇ ਕੋਈ ਮੀਟਿੰਗ ਕੀਤੀ, ਮੀਟਿੰਗ ਕਰਕੇ ਮੈਨੂੰ ਕਹਿੰਦੇ ਆ ਵੀ ਮੈਂ ਬਿੱਲ ਜੂ ਪਵਾਉਣੀ ਆ, ਕਿਸੇ ਦੀ ਜ਼ਮਾਨਤ ਦੇਣੀ ਆ, ਵੀ ਮੈਡਮ ਮੇਰੇ ਨਾਲ 5 ਮਿੰਟ ਮਲਕੀਤ ਸਿੰਘ ਦੀ ਕੋਠੀ 'ਚ ਚੱਲ। ਮੈਂ ਉਹਨਾਂ ਨੂੰ ਜਵਾਬ ਦੇਤਾ, ਮੈਂ ਆਖਿਆ ਵੀ ਨਹੀਂ ਮੈਂ ਨਹੀਂ ਜਾਣਾ, ਵੀ ਮੇਰਾ ਪੱਤੋ ਜ਼ਰੂਰੀ ਕੰਮ ਆ, ਵੀ ਮੈਨੂੰ ਪਹਿਲਾਂ। ਉਸ ਵੇਲੇ ਉੱਥੇ ਮਲਕੀਤ ਸਿੰਘ ਅਤੇ ਇਹ ਮੈਂਬਰ ਤਾਰਾ ਸਿੰਘ ਤੋਂ ਇਲਾਵਾ ਜਿਹੜਾ ਹੋਰ ਕੌਣ ਮੌਜੂਦ ਸੀਗਾ? ਹੋਰ ਉੱਥੇ ਆਮ ਪਬਲਿਕ ਸੀ ਜੀ, ਮੈਂ ਜਾਣਦੀ ਨਹੀਂ ਉਹਨਾਂ ਨੂੰ। ਜਿਹੜਾ ਤੀਜਾ ਦੋਸ਼ੀ ਹੈ ਉਹ ਹੈ ਨਹੀਂ ਸੀ ਉੱਥੇ? ਹਾਂਜੀ, ਉਹ ਜਦੋਂ ਮੈਂ ਉਹਨਾਂ ਨੂੰ ਕਹਿਤਾ ਵੀ ਮੇਰਾ ਜ਼ਰੂਰੀ ਕੰਮ ਆ, ਬੈਂਕ 'ਚ ਲੈ ਕੇ ਚੱਲੋ, ਵੀ ਉੱਧਰ ਨੂੰ ਕੋਈ ਸਾਧਨ ਨਹੀਂ ਜਾਂਦਾ। ਅਸੀਂ ਉੱਥੇ ਗਏ ਜੀ, ਸਾਨੂੰ 20-25 ਮਿੰਟ ਲੱਗੇ, ਅਸੀਂ ਵਾਪਸ ਫਿਰ ਮੁੜਿਆ ਜੀ। ਖੇਤ ਉਸੇ ਦੁਕਾਨ 'ਤੇ ਹੀ ਮਲਕੀਤ ਸਿੰਘ ਪਟਵਾਰੀ ਉੱਥੇ ਹੀ ਫਿਰ ਖੜ੍ਹੇ ਨੇ ਜਾਣਗੇ। ਫਿਰ ਮੇਰੇ ਕੋਲ ਤਾਰਾ ਸਿੰਘ ਪੰਚ ਫਿਰ ਆਇਆ, ਮੈਨੂੰ ਕਹਿੰਦੇ ਵੀ ਆਪਾਂ ਇਸ ਦੀ ਕੋਠੀ 'ਚ ਜਾਣਾ, ਇਹਦੀਆਂ ਮੋਹਰਾਂ ਨੇ ਜਿਹੜੀਆਂ ਸਾਰਾ ਕੁਛ, ਵੀ ਕੋਠੀ 'ਚ ਜਾ ਕੇ ਕੰਮ ਹੋਣਾ ਗਾ ਅਤੇ ਵੀ ਬਿੱਲ ਜੂ ਉੱਥੇ ਪਵਾਉਣੀ ਆ। ਜਦੋਂ ਜੀ ਮੈਨੂੰ ਉੱਥੇ ਲੈ ਕੇ ਗਏ, ਉੱਥੇ ਕੇਵਲ ਸਿੰਘ ਆ, ਨਿਹਾਲ ਸਿੰਘ ਵਾਲੇ ਦੇ ਰਹਿਣ ਵਾਲਾ, ਅਤੇ ਆਪਣੇ MLA ਸਾਂਤ ਦੇ ਘਰ ਕੋਲ ਕੋਠੀ ਆ ਉਹਨਾਂ ਦੀ, ਅਤੇ ਉਹ ਉੱਥੇ ਮੇਰੀ ਜਾਂਦੀ ਨੂੰ ਮੌਜੂਦ ਸੀਗੇ ਕੋਠੀ ਦੇ ਵਿੱਚ। ਉੱਥੇ ਜਾ ਕੇ ਜਦੋਂ ਅਸੀਂ ਬਹਿ ਗਏ, ਉਹ ਵੀ ਪਟਵਾਰੀ ਨੇ? ਹਾਂ, ਉਹ ਕਾਨੂੰਗੋ ਦੱਸੇ ਜਾਂਦੇ, ਰਿਟਾਇਰਮੈਂਟ ਕਾਨੂੰਗੋ, ਹੁਣ ਨਹੀਂ ਮੈਨੂੰ ਪਤਾ ਵੀ ਪਟਵਾਰੀ ਹੋ ਜਾਂਦੀ। ਉੱਥੇ ਬੈਠੇ ਆ ਜੀ, ਬੈਠੇ ਇਹ ਘਰ ਦੀ ਸ਼ਰਾਬ ਪੀ ਜਾਂਦੇ ਆ, ਜਿਹੜੀ ਸ਼ਰਾਬ ਇਹਨਾਂ ਦੀ ਕੋਈ ਬੋਤਲ 'ਚ ਨਹੀਂ, ਕਸ 'ਚ ਨਹੀਂ, ਇਹਨਾਂ ਦੀ ਥਰਮੋਸ 'ਚ ਪਾਈ ਵੀ ਆ। ਜਦੋਂ ਮੈਨੂੰ ਮੁਸਕ ਜਾਣ ਲੱਗਿਆ, ਮੈਂ ਸਾਈਡ 'ਤੇ ਹੋ ਗਈ, ਅਤੇ 5 ਡੱਬੀਆਂ ਨਾਭੀ ਰੰਗ ਦੀਆਂ ਉੱਥੇ ਜਾਂਦੀ ਗੱਤੇ ਦੀਆਂ ਡੱਬੀਆਂ ਪਈਆਂ ਨੇ, ਇਹਨਾਂ ਨੇ ਵਾਰੋ ਵਾਰ ਖਾਧਾ ਵੀ ਇਹ ਸ਼ੂਗਰ ਦੀ ਦਵਾਈ ਖਾਂਦੇ ਹਾਂ ਅਸੀਂ, ਨਾਲ ਇਹਨਾਂ ਨੇ ਘਰ ਦੀ ਸ਼ਰਾਬ ਪੀਤੀ। 5-10 ਮਿੰਟ ਬੈਠੇ ਸਰ ਜੀ, ਉਦੋਂ ਬਾਅਦ 'ਚ ਤਾਰਾ ਸਿੰਘ ਮੈਨੂੰ ਕਹਿੰਦਾ ਵੀ ਮੈਂ ਪਿਸ਼ਾਬ ਕਰਕੇ ਆਉਂਦਾ, ਮੈਡਮ ਤੂੰ 2 ਮਿੰਟ ਇੱਥੇ ਬੈਠ, ਅਤੇ ਤਾਰਾ ਸਿੰਘ ਨੇ ਬਾਹਰੋਂ ਕੁੰਡੀ ਲਾ ਤੀ। ਅੱਛਾ ਜੀ, ਕੋਠੀ ਦੇ ਵਿੱਚ ਜਦੋਂ ਕੁੰਡੀ ਲਾ ਤੀ, ਉਦੋਂ ਵਿੱਚ ਬਾਅਦ 'ਚ ਇਹਨਾਂ ਨੇ ਦੋਨਾਂ ਨੇ ਮੇਰੇ ਨਾਲ ਜਾਣ ਦੀ ਜ਼ਬਰਦਸਤੀ ਕੀਤੀ ਆ, ਮਲਕੀਤ ਸਿੰਘ ਨੇ ਅਤੇ ਕੇਵਲ ਸਿੰਘ ਨੇ, ਦੋਨਾਂ ਨੇ ਜਾਣ। ਤੁਹਾਨੂੰ ਦੱਸ ਦਈਏ ਦਰਸ਼ਕੋ ਕਿ ਮਲਕੀਤ ਸਿੰਘ ਅਤੇ ਕੇਵਲ ਸਿੰਘ ਕੌਣ ਨੇ? ਮਲਕੀਤ ਸਿੰਘ ਜਿਹੜੇ ਕਿ ਪਿੰਡ ਨੰਗਲ ਦੇ ਸਾਬਕਾ ਸਰਪੰਚ ਸਾਹਿਬਾ, ਉਹਨਾਂ ਦੇ ਸਪੁੱਤਰ ਨੇ ਔਰ ਪਟਵਾਰੀ ਦੇ ਤੌਰ 'ਤੇ ਜਾਣੇ ਜਾਂਦੇ ਆ, ਰਿਹਾਇਸ਼ ਹੈ ਜਿਹੜੀ ਨਿਹਾਲ ਸਿੰਘ ਵਾਲਾ ਦੇ ਵਿੱਚ, ਅਤੇ ਕੇਵਲ ਸਿੰਘ ਹੈ ਉਹ ਵੀ ਜਿਹੜੇ ਰਿਟਾਇਰਡ ਕਾਨਗੋ ਨੇ ਔਰ ਉਹ ਵੀ ਪਟਵਾਰੀ ਦੀ ਸੇਵਾ ਜਿਹੜੀ ਨਿਭਾ ਰਹੇ ਆ। ਇਸ ਤੋਂ ਇਲਾਵਾ ਮੈਂਬਰ ਤਾਰਾ ਸਿੰਘ ਜਿਹੜੇ ਇਸ ਪਰਚੇ ਦੇ ਵਿੱਚ ਤਿੰਨੋਂ ਦੋਸ਼ੀ ਪਾਏ ਗਏ ਨੇ, ਔਰ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਧੋਖੇ ਦੇ ਨਾਲ, ਇਹਨਾਂ ਦਾ ਕਹਿਣਾ ਕਿ ਮੈਨੂੰ ਧੋਖੇ ਦੇ ਨਾਲ ਉੱਥੇ ਲਿਜਾ ਕੇ ਅਤੇ ਮੇਰੇ ਨਾਲ ਜਿਹੜੀ ਜ਼ਬਰਦਸਤੀ ਕੀਤੀ ਹੈ। ਉਸ ਤੋਂ ਬਾਅਦ ਤੁਸੀਂ ਫਿਰ ਜਿਹੜੀ ਗੁਹਾਰ ਲਗਾਈ ਆ, ਹੁਣ ਜਿਹੜਾ ਪਰਚਾ ਦਰਜ ਕੀਤਾ ਗਿਆ ਅਤੇ ਕੀ ਕਹਿਣਾ ਚਾਹੁੰਦੇ ਹੋ, ਜਿਹੜੀ ਪੁਲਿਸ ਦੀ ਕਾਰਵਾਈ ਹੈ, ਤੁਸੀਂ ਸੰਤੁਸ਼ਟ ਹੋ ਉਤੋਂ? ਦੇਖੋ ਜੀ, ਸਾਡੀ 19 ਤਰੀਕ ਦੀ 20 ਤਰੀਕ ਦੀ ਰਾਬਟ ਹੋਈ ਵੀ ਹੈਗੀ, ਹਾਲੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ, ਬੰਦੇ ਬਾਹਰ ਫਿਰਦੇ ਆ,
ਤੁਸੀਂ ਜਦੋਂ ਤੁਹਾਡੇ ਨਾਲ ਇਹ ਸਾਰਾ ਕੁਝ ਵਾਪਰਿਆ ਉਸ ਤੋਂ ਬਾਅਦ ਤੁਸੀਂ ਤਾਰਾ ਸਿੰਘ ਨੂੰ ਆ ਕੇ ਪੁੱਛਿਆ ਨਹੀਂ ਕਿ ਮੇਰੇ ਨਾਲ ਇਦਾਂ ਇਦਾਂ ਹੋਇਆ ਵੀ ਤੁਸੀਂ ਇਹ ਕਿਉਂ ਕਰਵਾਇਆ ਜਾਂ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਕੀ ਜਵਾਬ ਸੀ ਉਹਨਾਂ ਦਾ ਹਾਂਜੀ ਉਹ ਜਦੋਂ ਮੈਨੂੰ ਵਾਪਸ ਇੱਥੇ ਅਸੀਂ ਆ ਗਏ ਆ ਕੇ ਸਾਡੀ ਬਹੁਤ ਝਗੜਾ ਹੋਇਆ ਸਾਡਾ ਪਿੰਡ ਦੇ ਵਿਚਾਲੇ ਝਗੜਾ ਵੀ ਹੋਇਆ ਸੀ ਜਾਣ ਦੀ ਚੁੰਬੜ ਚਮੜਈਆ ਵੀ ਹੋਇਆ ਫਿਰ ਤਾਰਾ ਸਿੰਘ ਕਹਿੰਦਾ ਵੀ ਤੂੰ ਜੋ ਮੇਰਾ ਕਰਨਾ ਕਰ ਲਾ ਵੀ ਮੈਂ ਤਾਂ ਜਿਹੜਾ ਕੁਛ ਤੇਰੇ ਨਾਲ ਕਰਾਉਣਾ ਸੀ ਕਰਾ ਦਿੱਤਾ ਅੱਛਾ ਪਿੰਡ ਦੇ ਵਿਚਾਲੇ ਸੱਥ ਦੇ ਵਿੱਚ ਇਹ ਗੱਲ ਕਹੀ ਉੱਥੇ ਹੋਰ ਲੋਕ ਵੀ ਮੌਜੂਦ ਸੀਗੇ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਉਹਨਾਂ ਨੇ ਕਰਵਾਇਆ ਇਹਨਾਂ ਦੀ ਕੋਈ ਜਿਹੜਾ ਤਾਰਾ ਸਿੰਘ ਆ ਜੀ ਉਹ ਜਵਾਨ ਤਾਂ ਦਿੰਦਾ ਲੋਕਾਂ ਤੋਂ ਪੈਸੇ ਲੈ ਲੈਂਦਾ ਵੀਹ ਵੀਹ ਪੰਜਾਹ ਪੰਜਾਹ ਹਜ਼ਾਰ ਇਹ ਕੋਈ ਉਹਨਾਂ ਤੋਂ ਦੋ ਨੰਬਰ ਦੇ ਕੰਮ ਕਰਾਉਂਦਾ ਸੀਗਾ ਬਸ ਇਹਨਾਂ ਦੀ ਗਿਣੀ ਮਿੱਥੀ ਗੱਲ ਸੀਗੀ ਤਿੰਨਾਂ ਦੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਹਾਂ ਦੇਖੋ ਜੀ ਮੈਂ ਦਰ ਦਰ ਦੀਆਂ ਠੋਕਰਾਂ ਖਾਂਦੀ ਹਾਂ ਕਿਤੇ ਕਿਤੇ ਜਾਂਦੀ ਹਾਂ ਕਿਤੇ ਕਿਤੇ ਹਲੇ ਤੱਕ ਉਹ ਬੰਦੇ ਫੜੇ ਨਹੀਂ ਗਏ ਬਾਹਰ ਫਿਰਦੇ ਆ ਪਿੰਡ 'ਚ ਫਿਰਦੇ ਆ ਕੱਲ੍ਹ ਵੀ ਬੰਦਾ ਉਹ ਪਿੰਡ 'ਚ ਸੀਗਾ ਉਹ ਕਹਿੰਦਾ ਵੀ ਮੈਂ ਮੇਰਾ ਕੌਣ ਮਤਲਬ ਜਿਹੜੇ ਤੁਹਾਡੇ ਪਿੰਡ ਦੇ ਹਾਂਜੀ ਤਾਰਾ ਪੰਚ ਕੱਲ੍ਹ ਸੁਬਹਾ ਪਿੰਡ ਆਪਦੇ ਘਰ ਦੇ ਵਿੱਚ ਮੌਜੂਦ ਸੀਗਾ ਹਲੇ ਤੱਕ ਕਿਸੇ ਬੰਦੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਅਸੀਂ ਹੁਣ ਮੌਕੇ ਦੀਆਂ ਸਰਕਾਰਾਂ ਤੋਂ ਮੌਕੇ ਦੇ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਹਾਂ ਵੀ ਜਲਦ ਤੋਂ ਜਲਦ ਉਹਨਾਂ ਦੀ ਗ੍ਰਿਫਤਾਰੀ ਕੀਤੇ ਮੈਨੂੰ ਇਨਸਾਫ਼ ਦਵਾਇਆ ਜਾਵੇ ਸੋ ਇਹ ਕਹਾਣੀ ਹੈ ਜੀ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਜਿਹੜਾ ਪਰਚਾ ਦਰਜ ਕੀਤਾ ਗਿਆ ਜਬਰ ਜਨਾਹ ਦਾ ਪਰਚਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਨਿਹਾਲ ਸਿੰਘ ਵਾਲਾ ਦੇ ਨਾਲ ਸੰਬੰਧਿਤ ਜਿਹੜੇ ਕਿ ਮਲਕੀਤ ਸਿੰਘ ਦੋਸ਼ੀ ਪਾਏ ਗਏ ਨੇ ਮਲਕੀਤ ਸਿੰਘ ਪਿੰਡ ਨੰਗਲ ਤੋਂ ਸਾਬਕਾ ਸਰਪੰਚ ਸਾਹਿਬਾ ਦੇ ਸਪੁੱਤਰ ਨੇ ਇਸ ਤੋਂ ਇਲਾਵਾ ਕੇਵਲ ਸਿੰਘ ਜਿਹੜੇ ਰਿਟਾਇਰਡ ਕਨਗੋ ਅਤੇ ਮੌਜੂਦਾ ਜਿਹੜੇ ਪਟਵਾਰੀ ਦੀ ਸੇਵਾ ਨਿਭਾ ਰਹੇ ਨੇ ਇਸ ਤੋਂ ਇਲਾਵਾ ਪਿੰਡ ਮਾਛੀਕਾ ਤੋਂ ਮੈਂਬਰ ਪੰਚਾਇਤ ਮੈਂਬਰ ਤਾਰਾ ਸਿੰਘ ਉਹਨਾਂ ਦੋਸ਼ੀਆਂ ਦੇ ਉੱਪਰ ਜਿਹੜਾ ਇਹਨਾਂ ਨੇ ਦੋਸ਼ ਲਗਾਏ ਹੈ ਕਿ ਇਹਨਾਂ ਦੇ ਨਾਲ ਜਬਰ ਜਨਾਹ ਕੀਤਾ ਗਿਆ ਜਿਸ ਤੋਂ ਬਾਅਦ ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਔਰ ਗ੍ਰਿਫਤਾਰੀ ਹੈ ਜਿਹੜੀ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ ਸੋ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਕੀ ਰੁੱਖ ਅਖਤਿਆਰ ਕਰਦਾ ਔਰ ਮਹਿਲਾ ਨੇ ਉਕਤ ਮਹਿਲਾ ਜਿਹੜੀ ਪੀੜਿਤ ਮਹਿਲਾ ਹੈ ਅਸੀਂ ਨਾਮ ਨਹੀਂ ਨਸ਼ਰ ਕਰਾਂਗੇ ਇਹਨਾਂ ਦਾ ਅਤੇ ਇਹਨਾਂ ਨੇ ਜਿਹੜੀ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਇਹਨਾਂ ਦਾ ਜੇਕਰ ਤੁਹਾਨੂੰ ਇਨਸਾਫ਼ ਨਹੀਂ ਮਿਲਦਾ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਦੇ ਲਈ ਵਧਾਂਗੇ ਫਿਰ ਸਰ ਜੀ ਹਾਂਜੀ ਹੁਣ ਜ਼ਿੰਦਗੀ ਤਾਂ ਹੁਣ ਕੋਈ ਰਹਿੰਦੀ ਨਹੀਂ ਔਰਤ ਦੀ ਜਦੋਂ ਐਡੀ ਬੇਇੱਜ਼ਤੀ ਹੋ ਜਾਂਦੀ ਆ ਫਿਰ ਸੋਚਾਂਗੇ ਉੱਚ ਅਧਿਕਾਰੀਆਂ ਕੋਲ ਗਏ ਹੋ ਤੁਸੀਂ ਹਾਂਜੀ ਅਸੀਂ ਸਾਰੇ ਜਾਈ ਜਾਂਦੇ ਹਾਂ ਜਲਦੀ ਪਰ ਵਿਸ਼ਵਾਸ ਦਿਖਾਉਂਦੇ ਆ ਵੀ ਸਾਨੂੰ ਇਨਸਾਫ਼ ਜ਼ਰੂਰ ਦਵਾਵਾਂਗੇ ਜੀ ਸੋ ਫਿਲਹਾਲ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਤੁਹਾਨੂੰ ਜਿਹੜਾ ਇਨਸਾਫ਼ ਹੈ ਉਹ ਮਿਲੂਗਾ ਸੋ ਦੇਖਣਾ ਹੋਵੇਗਾ ਕਦੋਂ ਤੱਕ ਇਨਸਾਫ਼ ਇਹਨਾਂ ਨੂੰ ਮਿਲਦਾ ਔਰ ਫਿਲਹਾਲ ਕੈਮਰਾਮੈਨ JVS ਦੇ ਨਾਲ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢੱਲੋਂ ਦੀ ਇਹ ਰਿਪੋਰਟ ਕਲਪਨਿਕ ਨਾਮ ਪੀੜਤਾ ਪੀੜਤਾ ਵੱਲੋਂ ਇੱਕ ਬਿਆਨ ਦਰਜ ਕਰਾਇਆ ਗਿਆ ਕਿ ਉਸ ਦੇ ਨਾਲ ਕਾਨੂੰਗੋ ਕੇਵਲ ਸਿੰਘ ਅਤੇ ਮਲਕੀਤ ਸਿੰਘ ਪਟਵਾਰੀ ਜਿਹੜੇ ਇਹਨਾਂ ਨੇ ਕੋਈ ਜਬਰ ਜਨਾਹ ਦਾ ਜਿਹੜਾ ਬਿਆਨ ਲਿਖਾਇਆ ਉਹ ਬਿਆਨ 'ਤੇ ਕਾਰਵਾਈ ਕਰਕੇ ਮੁਕੱਦਮਾ ਦਰਜ ਕਰ ਲਿਆ ਫਿਲਹਾਲ ਉਹ ਬਿਆਨ ਦੇ ਮੁਤਾਬਕ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਗਾਂਹ ਜੋ ਪਾਰਟਸ ਆਫ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਕੀ ਆਉਂਦਾ ਉਹ ਅਸੀਂ ਬਿਆਨ ਦੇ ਆਧਾਰ 'ਤੇ ਗਾਂਹ ਅੱਗੇ ਇਨਵੈਸਟੀਗੇਸ਼ਨ ਨੂੰ ਤੋਰ ਰਹੇ ਹਾਂ।